ਟਰਾਲੀਆਂ ਭਰ ਭਰ ਕੇ ਰਾਸ਼ਨ ਆ ਰਿਹਾ ਸ਼ੰਭੂ ਬਾਰਡਰ ਦੇ ਉੱਪਰ। ਹਾਂਜੀ ਭੈਣ, ਅਸੀਂ ਕਿਸਾਨ ਭਰਾਵਾਂ ਲਈ ਤਿਆਰ ਖੜੇ ਹਾਂ ਜੀ, ਆਪਣਾ ਹੱਕ ਲੈਣ ਆਏ ਜੀ। ਸਾਡੇ ਨਾਲ ਬੇਇਨਸਾਫੀ ਹੋ ਰਹੀ ਜੀ। ਅਸੀਂ ਕੱਲ ਵੀ ਆਇਆ, ਅਸੀਂ ਵੀ ਲੰਗਰ ਲੈ ਕੇ ਆ ਰਹੇ ਰੋਜ਼। ਮਾਦਰ ਮਰਚੇਲੇ ਠੀਕ ਹੋ, ਕੀ ਕਹੋਗੇ ਧਰਨੇ ਤੇ ਆਏ ਹੋ ਅੱਜ? ਕਿਸਾਨ ਇੱਕ ਜਿੰਦਾਬਾਦ, ਕਿਸਾਨ ਇੱਕ ਜਿੰਦਾਬਾਦ। ਸ਼ੰਭੂ ਬਾਰਡਰ ਤੇ ਅਸੀਂ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ, ਪਰ ਹਜ਼ੂਮ ਲਗਾਤਾਰ ਵੱਧਦਾ ਜਾ ਰਿਹਾ ਔਰ ਉੱਥੇ ਹਰ ਤਰ੍ਹਾਂ ਦੇ ਇੰਤਜ਼ਾਮ ਵੀ ਵੱਧਦੇ ਜਾ ਰਹੇ ਨੇ। ਲੰਗਰ ਦੇ ਹਰ ਪਾਸੇ ਇੰਤਜ਼ਾਮ ਤੁਹਾਨੂੰ ਦੇਖਣ ਨੂੰ ਮਿਲਣਗੇ। ਤਾਂ ਇਸ ਤਰੀਕੇ ਨਾਲ ਲਗਾਤਾਰ ਕਾਫਲਿਆਂ ਦੇ ਕਾਫਲੇ ਆ ਰਹੇ ਆ ਔਰ ਲੰਗਰ ਇਸ ਪਾਸੇ ਦੇਖੋਗੇ ਤਾਂ ਇਸ ਪਾਸੇ ਸਾਗ ਦਾ ਲੰਗਰ ਹੈ। ਇੱਧਰਲੇ ਬੰਨੇ ਦੇਖੋਗੇ ਤੁਸੀਂ ਤਾਂ ਬਈ ਹੁਣੀ ਸਾਗ ਵਰਤਾ ਰਹੇ ਨੇ। ਇਸ ਪਾਸੇ ਦੇਖੋਗੇ ਤਾਂ ਹਰ ਤਰ੍ਹਾਂ ਦੀ ਤਿਆਰੀ ਕਿਸਾਨ ਅੰਦੋਲਨ ਦੇ ਵਿੱਚ, ਇਸ ਕਿਸਾਨ ਧਰਨੇ ਦੇ ਵਿੱਚ ਹੈ। ਇੱਧਰਲੇ ਬੰਨੇ ਸਾਗ ਦਾ ਲੰਗਰ ਚੱਲ ਰਿਹਾ ਹੈ, ਸਾਗ ਵਰਤਾਇਆ ਜਾ ਰਿਹਾ। ਤਾਂ ਦੂਸਰੇ ਪਾਸੇ ਵੀ ਦੇਖੋਗੇ ਤਾਂ ਦੂਜੇ ਬੰਨੇ ਵੀ ਲਗਾਤਾਰ ਲੰਗਰ ਲੈ ਕੇ ਸੰਗਤਾਂ ਆ ਰਹੀਆਂ ਨੇ। ਬਾਈ ਜੀ, ਕਿਹੜੀ ਥਾਂ ਤੋਂ ਆਏ ਹੋ ਤੁਸੀਂ? ਬਾਈ ਜੀ, ਘੱਗਰ ਸਰਾਂ ਲੰਗਰ ਹੈਗਾ ਆਪਣਾ, ਉੱਥੋਂ ਆਪਾਂ ਆਏ ਨੇ। ਘੱਗਰ ਸਰਾਂ ਪਿੰਡ ਇੱਥੇ ਸ਼ੰਭੂ ਵੈਰੀਆਂ ਤੋਂ ਵੀ ਅੱਗੇ ਆ। ਸਾਗ ਦਾ ਲੰਗਰ, ਸਾਗ ਅਤੇ ਪ੍ਰਸ਼ਾਦੇ ਦਾ ਲੰਗਰ ਲੈ ਕੇ ਆਏ ਨੇ ਜੀ। ਸਾਗ ਅਤੇ ਪ੍ਰਸ਼ਾਦੇ ਦਾ ਲੰਗਰ ਲੈ ਕੇ ਆਏ ਬਾਪੂ ਜੀ। ਹੁਣੀ ਇੱਧਰ ਬੈਠੇ ਜਲ ਦੀ ਸੇਵਾ ਇਹ ਨਿਭਾ ਰਹੇ ਨੇ ਔਰ ਉਸੇ ਤਰੀਕੇ ਨਾਲ ਦੂਜੇ ਬੰਨੇ ਵੀ ਇੰਤਜ਼ਾਮ ਇਸੇ ਤਰ੍ਹਾਂ ਦੇ ਦੇਖਣ ਨੂੰ ਮਿਲ ਰਹੇ ਆ। ਤਾਂ ਕਿਉਂਕਿ ਕਾਫਲਿਆਂ ਦੇ ਕਾਫਲੇ ਲਗਾਤਾਰ ਆ ਰਹੇ ਆ ਸ਼ੰਭੂ ਬਾਰਡਰ ਦੇ ਉੱਪਰ, ਜਿੱਥੇ ਆ ਕੇ ਕਿਸਾਨਾਂ ਨੇ ਡੇਰਾ ਲਾਇਆ ਹੋਇਆ, ਜਿੱਥੇ ਆ ਕੇ ਕਿਸਾਨ ਡਟੇ ਆ। ਤਾਂ ਇੱਧਰਲੇ ਬੰਨੇ ਦੇਖੋਗੇ ਬੀਬੀਆਂ ਵੀ ਵੱਡੀ ਗਿਣਤੀ ਦੇ ਵਿੱਚ ਆ ਕੇ ਖੜੀਆਂ, ਜਿਨ੍ਹਾਂ ਦੇ ਵੱਲੋਂ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ। ਤਾਂ ਪ੍ਰਸ਼ਾਦੇ ਦੇਖੋ, ਪਰੌਂਠੇ ਲੈ ਕੇ ਪਹੁੰਚੇ ਨੇ ਇੱਥੇ, ਨਾਲ ਅਚਾਰ, ਨਾਲ ਰਾਇਤਾ, ਹਰ ਤਰ੍ਹਾਂ ਦਾ ਇੰਤਜ਼ਾਮ, ਹਰ ਤਰ੍ਹਾਂ ਦਾ ਲੰਗਰ ਦਾ ਪ੍ਰਬੰਧ ਜਿਹੜਾ ਉਹ ਲੈ ਕੇ ਪਹੁੰਚੇ ਹੋਏ ਨੇ। ਕਿੱਥੋਂ ਆਏ ਹੋ ਜੀ ਤੁਸੀਂ ਬੀਬੀ ਜੀ? ਮਾਦਨਪੁਰ ਚਲੇੜੀ ਤੋਂ ਆਏ ਹਾਂ ਜੀ ਅਸੀਂ, ਮਾਦਨਪੁਰ ਚਲੇੜੀ ਤੋਂ ਆਏ ਹਾਂ ਜੀ। ਕਿਵੇਂ ਦੇਖਦੇ ਹੋ ਤੁਸੀਂ, ਜਿੱਥੇ ਧਰਨਾ ਲੱਗਿਆ ਉੱਥੇ ਲੰਗਰ ਹੀ ਲੰਗਰ? ਹਾਂਜੀ ਭੈਣ, ਅਸੀਂ ਕਿਸਾਨ ਭਰਾਵਾਂ ਲਈ ਤਿਆਰ ਖੜੇ ਹਾਂ ਜੀ। ਹਾਂਜੀ, ਕਿਵੇਂ ਦੇਖਦੇ ਹੋ ਬੀਬੀ ਤੁਸੀਂ, ਫਿਰ ਐਤਕੀ ਧਰਨਾ ਲਾਉਣਾ ਪੈ ਗਿਆ ਆਪਦੀਆਂ ਮੰਗਾਂ ਨੂੰ ਲੈ ਕੇ? ਮੋਦੀ ਜੀ ਸਾਡੀ ਫਸਲਾਂ ਨਸਲਾਂ ਸਾਰੀ ਖਤਮ ਕਰਨ ਦੇ ਤੁਲਿਆ ਹੋਇਆ ਜੀ, ਇਸ ਕਰਕੇ ਆਪਣਾ ਹੱਕ ਲੈਣ ਆਏ ਜੀ। ਸਾਡੇ ਨਾਲ ਬੇਇਨਸਾਫੀ ਹੋ ਰਹੀ ਜੀ। ਇੱਧਰ ਦਹੀਂ ਪਰੌਂਠੇ ਦਾ ਲੰਗਰ, ਇਹ ਮਾਹੌਲ ਜਿਹੜਾ ਸ਼ੰਭੂ ਬਾਰਡਰ ਦਾ ਅਸੀਂ ਮਾਹੌਲ ਤੁਹਾਨੂੰ ਦਿਖਾ ਰਹੇ ਹਾਂ। ਉੱਧਰੋਂ ਬਾਈ ਹੁਣੀ ਵੀ ਦੇਖੋ ਟਰੈਕਟਰ ਲੈ ਕੇ ਆਏ ਆ, ਨਾਲ ਪਾਣੀ ਦੀਆਂ ਬੋਤਲਾਂ, ਪਿੱਛੇ ਦੇਖੋ ਪਾਣੀ ਦੀਆਂ ਬੋਤਲਾਂ ਨਾਲ ਟਰਾਲੀ ਭਰੀ ਹੋਈ ਹੈ। ਟਰਾਲੀਆਂ ਭਰ ਭਰ ਕੇ ਰਾਸ਼ਨ ਆ ਰਿਹਾ ਸ਼ੰਭੂ ਬਾਰਡਰ ਦੇ ਉੱਪਰ ਔਰ ਪਾਣੀ ਦੀਆਂ ਇਹ ਬੋਤਲਾਂ ਦੇ ਨਾਲ ਭਰੇ ਹੋਏ ਨੇ, ਪੂਰੇ ਕਾਰਟੂਨ ਭਰੇ ਹੋਏ ਆ ਔਰ ਇਹਨਾਂ ਦੇ ਵੱਲੋਂ ਵੀ ਲਗਾਤਾਰ ਸੇਵਾ ਨਿਭਾਈ ਜਾ ਰਹੀ ਹੈ। ਪਿਛਲੇ ਬੰਨੇ ਵੀ ਟਰੈਕਟਰ ਅੱਧੀ ਟਰਾਲੀ ਖਾਲੀ ਕਰਕੇ ਆਏ ਆ ਪਰਲੇ ਬੰਨੇ ਔਰ ਉਸੇ ਤਰੀਕੇ ਨਾਲ ਪਿਛਲੇ ਬੰਨੇ ਵੀ ਇੱਕ ਟਰਾਲੀ ਆ ਰਹੀ ਹੈ, ਉਹਦੇ ਵਿੱਚ ਵੀ ਲੰਗਰ ਦਾ ਸਮਾਨ ਹੈ ਸਾਰਾ। ਇੱਧਰ ਬੀਬੀ ਹੁਣੀ ਦੇਖੋ, ਬੀਬੀ ਹੁਣੀ ਵੀ ਸੇਵਾ ਕਰ ਰਹੇ ਨੇ, ਗੱਲਬਾਤ ਵੀ ਕਰਾਂਗੇ ਇਹਨਾਂ ਦੇ ਨਾਲ। ਤਾਂ ਉਮਰਾਂ ਬੇਸ਼ੱਕ ਜ਼ਿਆਦਾ ਨੇ, ਪਰ ਉਸੇ ਉਹਨਾਂ ਉਮਰਾਂ ਦੇ ਨਾਲ ਜਜ਼ਬਾ ਵੀ ਬਹੁਤ ਵੱਧ ਹੈ। ਜਿਵੇਂ ਜਿੰਨੀਆਂ ਵੱਡੀਆਂ ਉਮਰਾਂ ਉਸੇ ਹਿਸਾਬ ਨਾਲ ਜਜ਼ਬਾ ਵੀ ਦੇਖ ਸਕਦੇ ਹੋ ਤੁਸੀਂ ਕਿ ਜ਼ਬਰਦਸਤ ਉਤਸ਼ਾਹ, ਜਜ਼ਬਾ ਦੇਖਣ ਨੂੰ ਮਿਲ ਰਿਹਾ। ਤਾਂ ਬੀਬੀ ਕਦੋਂ ਦੇ ਆਏ ਹੋ ਤੁਸੀਂ? ਅਸੀਂ ਕੱਲ ਵੀ ਆਇਆ, ਅਸੀਂ ਵੀ ਲੰਗਰ ਲੈ ਕੇ ਆ ਰਹੇ ਰੋਜ਼। ਕਿੱਥੋਂ ਆਏ ਹੋ? ਮਾਦਰ ਮਰਚੇਲੇੜੀ ਤੋਂ। ਕਿੰਨੀ ਉਮਰ ਹੋ ਗਈ ਤੁਹਾਡੀ? 70 ਸਾਲ ਕੀ। 70 ਸਾਲ ਦੀ ਉਮਰ ਚੜ੍ਹਦੀ ਕਲਾ ਚੋਂ? ਹਾਂਜੀ ਹਾਂਜੀ। ਕਿਵੇਂ ਦੇਖ ਰਹੇ ਹੋ ਉਤਸ਼ਾਹ ਸੰਗਤ ਲੋਕ ਆ ਕੇ ਲੈ ਆਪ? ਹਾਂਜੀ। ਉਮਰ ਦੇਖੋ ਬੀਬੀ ਹੁਣਾਂ ਦੀ, ਪਰ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਨੇ। ਕਹਿੰਦੇ ਉਮਰਾਂ ਵਧਣ ਦੇ ਨਾਲ ਕੁਛ ਨਹੀਂ ਹੁੰਦਾ, ਉਤਸ਼ਾਹ ਜਿਹੜਾ ਜਜ਼ਬਾ ਹੋਣਾ ਚਾਹੀਦਾ ਦਿਲ ਦੇ ਵਿੱਚ। ਔਰ ਇੱਧਰਲੇ ਬੰਨੇ ਹੋਰ ਬਾਈ ਹੁਣੀ ਆ ਗਏ ਲੰਗਰ ਲੈ ਕੇ, ਤਾਂ ਇਹ ਉਤਸ਼ਾਹ ਨਿੱਕੇ ਨਿੱਕੇ ਬੱਚੇ ਵੀ ਇੱਧਰਲੇ ਬੰਨੇ ਜੀਤ ਦਿਖਾਓ, ਛੋਟੇ ਛੋਟੇ ਬੱਚੇ ਵੀ ਲਾਈਨ ਦੇ ਵਿੱਚ ਲਾ ਕੇ ਖੜ੍ਹੇ ਆ। ਤਾਂ
ਕਿੱਥੋਂ ਆਏ ਹੋ ਤੁਸੀਂ? ਮੈਂ ਤੇ ਪੁੱਛਦੇ। ਅੱਛਾ, ਲੰਗਰ ਦੀ ਸੇਵਾ ਕਰ ਰਹੇ ਹੋ? ਹਾਂਜੀ। ਕੀ ਨਾਮ ਤੁਹਾਡਾ? ਹਨੂ ਕੋਲ। ਤੁਹਾਡਾ ਨਾਮ ਕੀ ਹੈ? ਤਨਵੀਰ ਕੌਰ। ਕੀ ਕਹੋਗੇ ਅੱਜ ਧਰਨੇ ਇੱਥੇ ਦਿਓ, ਇਹਨਾਂ ਨੂੰ ਕੋਲ ਦੇ ਦਿਓ। ਕੀ ਕਹੋਗੇ ਧਰਨੇ ਤੇ ਆਏ ਹੋ ਅੱਜ? ਕਿਸਾਨ ਏਕਤਾ ਜ਼ਿੰਦਾਬਾਦ। ਤੁਸੀਂ ਕੀ ਕਹਿਣਾ? ਕਿਸਾਨ ਏਕਤਾ ਜ਼ਿੰਦਾਬਾਦ। ਕਿਸਾਨ ਏਕਤਾ ਜ਼ਿੰਦਾਬਾਦ, ਹਰ ਬੱਚੇ ਨੇ ਵੀ ਰਟਿਆ ਹੋਇਆ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਰੇ ਲੱਗ ਰਿਹਾ, ਔਰ ਇੱਧਰ ਵੀ ਨੌਜਵਾਨ ਜਿਹੜੇ ਆ ਉਹ ਲਗਾਤਾਰ ਮਿੱਠੇ ਚੌਲ ਵਰਤਾ ਰਹੇ ਆ। ਤਾਂ ਇਹ ਧਰਨੇ ਦੀ ਤਸਵੀਰ ਹੈ, ਸ਼ੰਭੂ ਬਾਰਡਰ ਦੀ ਤਸਵੀਰ ਹੈ, ਜਿੱਥੇ ਇੱਕ ਪਾਸੇ ਉਤਸ਼ਾਹ ਜ਼ਬਰਦਸਤ ਦੇਖਣ ਨੂੰ ਮਿਲ ਰਿਹਾ। ਕਹਿੰਦੇ ਕਿ ਜਦੋਂ ਤੱਕ ਧਰਨਾ ਚੱਲੂਗਾ ਉਦੋਂ ਤੱਕ ਇਸੇ ਤਰੀਕੇ ਦੇ ਨਾਲ ਲੰਗਰ ਦਾ ਇੰਤਜ਼ਾਮ ਰਹੂਗਾ, ਇਸੇ ਤਰੀਕੇ ਦੇ ਨਾਲ ਸਾਰੇ ਇੰਤਜ਼ਾਮ ਜਿਹੜੇ ਆ ਉਹ ਕਿਸਾਨਾਂ ਦੇ ਵੱਲੋਂ ਕੀਤੇ ਜਾਣਗੇ। ਤਾਂ ਪਿੰਡਾਂ ਦੇ ਵਿੱਚੋਂ ਲੰਗਰ ਆ ਰਿਹਾ, ਔਰ ਉੱਧਰ ਖਾਲਸਾ ਸਾਈਡ ਵਾਲਿਆਂ ਨੇ ਵੀ ਆ ਕੇ ਤੰਬੂ ਗੱਡ ਦਿੱਤਾ। ਇੱਧਰਲੇ ਬੰਨੇ ਖਾਲਸਾ ਸਾਈਡ ਦੀ ਪੂਰੀ ਟੀਮ ਆ, ਇਸ ਪਾਸੇ ਦੇਖੋਗੇ ਤਾਂ ਮੈਡੀਕਲ ਸੇਵਾਵਾਂ ਦੀ ਸਹੂਲਤ ਉਹਨਾਂ ਨੇ ਇਸ ਪਾਸੇ ਸ਼ੁਰੂ ਕਰ ਦਿੱਤੀ ਹੈ। ਤਾਂ ਇਹ ਸ਼ੰਭੂ ਬਾਰਡਰ ਦੀ ਤਸਵੀਰ ਹੈ, ਜਿੱਥੇ ਕਿ ਹਰ ਤਰ੍ਹਾਂ ਦਾ ਇੰਤਜ਼ਾਮ ਕਿਸਾਨਾਂ ਦੇ ਹੱਕ ਦੇ ਵਿੱਚ ਹੁੰਦਾ ਹੋਇਆ ਨਜ਼ਰ ਆ ਰਿਹਾ। ਲੰਗਰ ਦੀ ਕੋਈ ਤੋੜ ਨਹੀਂ ਹੈ, ਕੋਈ ਕਮੀ ਨਹੀਂ ਹੈ ਲੰਗਰ ਦੀ। ਉੱਥੇ ਹੀ ਜਿਹੜੇ ਕਿਸਾਨ ਜ਼ਖਮੀ ਹੋਏ ਆ ਉਹਨਾਂ ਦਾ ਇਲਾਜ ਕਰਨ ਵਾਸਤੇ ਵੀ ਸਮਾਜ ਸੇਵੀ ਸੰਸਥਾਵਾਂ ਆ ਗਈਆਂ, ਜਾਂ ਹੋਰ ਪਿੰਡਾਂ ਦੇ ਵਿੱਚੋਂ ਲੋਕ ਉੱਠ ਕੇ ਆ ਗਏ, ਜਿਹੜੇ ਆਪਦਾ ਕਲੀਨਿਕ ਚਲਾਉਂਦੇ ਉਹਨਾਂ ਨੇ ਕਲੀਨਿਕ ਆਪਦੇ ਬੰਦ ਕਰਕੇ ਉਹ ਇੱਥੇ ਲੋਕ ਪਹੁੰਚਣੇ ਸ਼ੁਰੂ ਹੋ ਗਏ। ਤਾਂ ਇਹ ਮਾਹੌਲ ਸ਼ੰਭੂ ਬਾਰਡਰ ਦਾ, ਕਿਸਾਨ ਕਹਿੰਦੇ ਚੜ੍ਹਦੀ ਕਲਾ ਦੇ ਵਿੱਚ ਆ ਕੰਮ, ਔਰ ਇਹ ਮੋਰਚਾ ਫਤਿਹ ਕਰਕੇ ਹੀ ਘਰ ਮੁੜਾਂਗੇ। ਕੈਮਰਾ ਪਰਸਨ ਜਗਜੀਤ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਸ਼ੰਭੂ ਬਾਰਡਰ।